ਜਿਹੜਾ ਹਿੰਦੁਸਤਾਨ ਹੈ ਇਹਦੇ ਵਿੱਚ ਕਾਫੀ ਤਿਉਹਾਰ ਮਨਾਏ ਜਾਂਦੇ, ਅਲੱਗ ਅਲੱਗ ਧਰਮਾਂ ਦੇ ਤਿਉਹਾਰ ਮਨਾਏ ਜਾਂਦੇ, ਸਾਰੇ ਆਪਸ 'ਚ ਰਲ ਮਿਲ ਕੇ ਤਿਉਹਾਰ ਮਨਾਉਂਦੇ ਨੇ। ਹੁਣ ਜਿਹੜਾ ਇੱਕ ਦਿਵਾਲੀ ਤਿਉਹਾਰ ਆ ਰਿਹਾ ਵਾ, ਇਹ ਸ਼੍ਰੀ ਰਾਮ ਚੰਦਰ ਜੀ ਜਦੋਂ ਬਨਵਾਸ ਕੱਟ ਕੇ ਸੀਤਾ ਜੀ ਨੂੰ ਲੈ ਕੇ ਅਤੇ ਫਤਿਹ ਕਰਕੇ ਜਦੋਂ ਆਪਣੇ ਅਯੋਧਿਆ ਵਾਪਸ ਪਰਤੇ ਸੀ, ਲੋਕਾਂ ਨੇ ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ ਸੀ, ਖੁਸ਼ੀਆਂ ਮਨਾਈਆਂ ਜਾਂਦੀਆਂ। ਉਸ ਪਰੰਪਰਾ ਨੂੰ ਤੋਰਦੇ ਹੋਏ ਹਰ ਸਾਲ ਜਿਹੜੀ ਹੈ ਦਿਵਾਲੀ ਮਨਾਈ ਜਾਂਦੀ ਹੈ। ਸਿੱਖਾਂ ਦੇ ਵਿੱਚ ਇਸੀ ਸ਼੍ਰੀ ਹਰਗੋਬਿੰਦ ਸਿੰਘ ਸੀ ਜਿਹੜੇ, ਉਹਨਾਂ ਨੇ 52 ਰਾਜੇ ਜਿਹੜੇ ਜੇਲ੍ਹ ਦੇ ਵਿੱਚੋਂ ਜਿਹੜੀ ਉਹ ਛਡਵਾਏ ਸੀਗੇ, ਉਸ ਕਰਕੇ ਵੀ ਦਿਵਾਲੀ ਮਨਾਈ ਜਾਂਦੀ ਆ। ਮੈਂ ਇਸ ਦਿਵਾਲੀ ਦੇ ਪਰਬ 'ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ, ਅਤੇ ਇਹ ਨਾਲ ਤਾਕੀਦ ਵੀ ਕਰਦਾ ਕਿ ਜਿਹੜਾ ਪਰੰਪਰਾ ਜਿਹੜੀ ਸੀਗੀ ਘਿਓ ਦੇ ਦੀਵੇ ਬਾਲਣ ਦੀ, ਦੂਸਰੀ ਉਹ ਹੁਣ ਪੋਲਿਊਸ਼ਨ ਦੇ ਵਿੱਚ ਬਦਲਦੀ ਜਾ ਰਹੀ ਆ। ਵੱਧ ਤੋਂ ਵੱਧ ਇੱਥੇ ਪਟਾਕੇ ਚਲਾਏ ਜਾਂਦੇ ਨੇ, ਏਅਰ ਪੋਲਿਊਸ਼ਨ ਨੂੰ ਜਿਹੜਾ ਵਾ ਇਹ ਸਾਨੂੰ ਠੀਕ ਕਰਨਾ ਚਾਹੀਦਾ ਵਾ, ਘੱਟ ਤੋਂ ਘੱਟ ਪਟਾਕੇ ਚਲਾ ਕੇ ਗ੍ਰੀਨ ਦਿਵਾਲੀ ਬਣਾ ਕੇ ਅਤੇ ਇਸ ਦਿਵਾਲੀ ਦੇ ਤਿਉਹਾਰ ਨੂੰ ਜਿਹੜਾ ਇਹ ਬਹੁਤ ਹੀ ਸੁੰਦਰ ਬਣਾਉਣਾ ਚਾਹੀਦਾ।